ਅਫਗਾਨਿਸਤਾਨ ਦੀਆਂ ਕੁਝ ਅਹਿਮ ਅਪਡੇਟਸ ਤੁਹਾਨੂੰ ਦੱਸ ਦਿੰਨੇ ਆ। ਅਫਗਾਨਿਸਤਾਨ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਬਰਤਾਨੀਆ ਤੋਂ ਆਈ ਹੈ। ਬਰਤਾਨੀਆ ਦੇ ਗ੍ਰਹਿ ਮੰਤਰਾਲੇ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਜਿਹੜੇ ਵੀ ਵਿਅਕਤੀ ਨੇ ਅਫਗਾਨਿਸਤਾਨ ਦੇ ਵਿੱਚ ਬ੍ਰਿਟਿਸ਼ ਸਰਕਾਰ ਅਤੇ ਉਹਨਾਂ ਦੀ ਫੌਜ ਦੀ ਮਦਦ ਕੀਤੀ ਹੈ ਉਹ ਵਿਅਕਤੀ ਬਰਤਾਨੀਆ ਦੇ ਵਿੱਚ ਪੱਕੇ ਤੌਰ ਤੇ ਰਹਿ ਸਕਦੇ ਨੇ, ਯਾਨੀ ਕਿ ਪਰਮਾਨੈਂਟ ਰੈਜ਼ੀਡੈਂਟ ਬਣ ਕੇ ਰਹਿ ਸਕਦੇ ਨੇ। ਪਹਿਲਾਂ ਇਹ ਪ੍ਰਸਤਾਵ 5 ਸਾਲ ਰਹਿਣ ਦਾ ਸੀ, ਪਰ ਹੁਣ ਇਸ ਨੂੰ ਅਣਮਿੱਥੇ ਸਮੇਂ ਦੇ ਲਈ ਵਧਾ ਦਿੱਤਾ ਗਿਆ ਹੈ, ਯਾਨੀ ਕਿ ਇਸ ਦੌਰ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਤੈਨਾਤ ਕੀਤੇ ਗਏ ਫੌਜੀਆਂ ਦੀ ਉੱਥੋਂ ਦੇ ਕਿਸੇ ਵੀ ਬੰਦੇ ਨੇ ਕਿਸੇ ਵੀ ਸ਼ਖਸ ਨੇ ਮਦਦ ਕੀਤੀ ਹੈ ਤਾਂ ਉਹ ਹੁਣ ਬਰਤਾਨੀਆ ਦੇ ਵਿੱਚ ਪਰਮਾਨੈਂਟ ਸਿਟੀਜ਼ਨ ਬਣ ਕੇ ਰਹਿ ਸਕਦਾ ਹੈ। ਬਰਤਾਨੀਆ ਨੇ ਅਫਗਾਨਿਸਤਾਨ ਤੋਂ 8000 ਤੋਂ ਵੀ ਵੱਧ ਲੋਕਾਂ ਨੂੰ ਏਅਰਲਿਫਟ ਕੀਤਾ ਹੈ ਜੋ 13 ਅਗਸਤ ਤੋਂ ਅਫਗਾਨ ਪੁਨਰਵਾਸ ਅਤੇ ਸਹਾਇਤਾ ਨੀਤੀ ਦੇ ਅਧੀਨ ਯੋਗ ਨੇ। ਬ੍ਰਿਟਿਸ਼ ਫੌਜਾਂ ਨੇ ਪਿਛਲੇ ਹਫ਼ਤੇ ਹੀ ਅਫਗਾਨਿਸਤਾਨ ਛੱਡ ਦਿੱਤਾ ਸੀ, ਅਮਰੀਕਾ ਤੋਂ ਪਹਿਲਾਂ ਹੀ ਛੱਡ ਦਿੱਤਾ ਸੀ, ਅਤੇ ਉੱਥੇ ਬਰਤਾਨੀਆ ਦੇ ਵੀ 20 ਸਾਲਾਂ ਦੀ ਫੌਜੀ ਸ਼ਮੂਲੀਅਤ ਹੈ ਜਿਹੜੀ ਉਹ ਅਫਗਾਨਿਸਤਾਨ ਦੇ ਵਿੱਚ ਹੁਣ ਖਤਮ ਹੋ ਗਈ ਹੈ। ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਮੌਜੂਦ ਲੋਕ ਕਿੰਨੇ ਲੋਕ ਨੇ ਜਿਹੜੇ ਉਹ ਬ੍ਰਿਟੇਨ ਆਉਣ ਦੇ ਯੋਗ ਨੇ, ਇਸ ਵੇਲੇ ਕੋਈ ਸਹੀ ਅੰਕੜੇ ਤਾਂ ਨਹੀਂ ਦਿੱਤੇ ਜਾ ਸਕਦੇ। ਸੋ ਅਮਰੀਕਾ ਦਾ ਆਖਰੀ ਫੌਜੀ ਜਹਾਜ਼ ਭਾਵੇਂ ਅਫਗਾਨਿਸਤਾਨ ਤੋਂ ਰਵਾਨਾ ਹੋ ਚੁੱਕਿਆ ਹੈ, ਪਰ ਅਫਗਾਨਿਸਤਾਨ ਦੇ ਵਿੱਚ ਹਾਲੇ ਵੀ ਕਈ ਅਮਰੀਕੀ ਨਾਗਰਿਕ ਨੇ ਜਿਹੜੇ ਉਹ ਮੌਜੂਦ ਨੇ, ਜਿਨ੍ਹਾਂ ਦੇ ਵਿੱਚੋਂ ਕਈ ਬ੍ਰਿਟਿਸ਼ ਨਾਗਰਿਕ ਵੀ ਨੇ ਅਤੇ ਉਹ ਅਫਗਾਨ ਵੀ ਨੇ ਜਿਨ੍ਹਾਂ ਨੇ ਫੌਜ ਦੀ ਮਦਦ ਕੀਤੀ ਸੀ। ਬਰਤਾਨੀਆ ਆਪਣੇ ਨਾਗਰਿਕਾਂ ਅਤੇ ਅਫਗਾਨੀ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਣ ਦੇ ਲਈ ਤਾਲਿਬਾਨ ਦੇ ਨਾਲ ਗੱਲਬਾਤ ਵੀ ਕਰ ਰਿਹਾ ਹੈ। ਇਹ ਗੱਲਬਾਤ ਬਰਤਾਨੀਆ ਦੇ ਅਧਿਕਾਰੀਆਂ ਅਤੇ ਤਾਲਿਬਾਨ ਦੇ ਲੜਾਕਿਆਂ ਦੇ ਵਿਚਕਾਰ ਹੋ ਰਹੀ ਹੈ। ਇਸੇ ਦਰਮਿਆਨ ਅਮਰੀਕੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜ ਦੀ ਭਾਵੇਂ ਪੂਰੀ ਤਰ੍ਹਾਂ ਵਿਦਾਈ ਹੋ ਚੁੱਕੀ ਹੈ, ਪਰ ਹਾਲੇ ਵੀ ਉੱਥੇ 100 ਦੇ ਕਰੀਬ ਅਮਰੀਕੀ ਨਾਗਰਿਕ ਮੌਜੂਦ ਨੇ ਜਿਨ੍ਹਾਂ ਨੂੰ ਕੱਢਣ ਲਈ ਅਸੀਂ ਵਿਚਾਰ ਕਰ ਰਹੇ ਹਾਂ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਅਮਰੀਕੀ ਸਰਕਾਰ ਅਫਗਾਨਿਸਤਾਨ ਦੇ ਵਿੱਚ ਹਾਲੇ ਵੀ ਅਮਰੀਕੀ ਲੋਕਾਂ ਦੇ ਸੰਪਰਕ ਵਿੱਚ ਹੈ ਅਤੇ ਉਹਨਾਂ ਨੂੰ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਸਰਕਾਰ ਦੇ ਸੰਪਰਕ ਦੇ ਵਿੱਚ ਉਹਨਾਂ ਨੇ ਕਿਵੇਂ ਰਹਿਣਾ ਹੈ ਇਸ ਬਾਰੇ ਜਾਣਕਾਰੀ ਅਸੀਂ ਦੇ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਇਸ ਵਕਤ ਹਰ ਅਮਰੀਕਨ ਨੂੰ ਉੱਥੋਂ ਬਾਹਰ ਕੱਢਣ ਦੇ ਲਈ ਵਿਕਲਪ ਦੀ ਜਿਹੜੀ ਤਲਾਸ਼ ਹੈ ਉਹ ਕਰ ਰਹੇ ਹਾਂ, ਜਿਹੜਾ ਵੀ ਉੱਥੋਂ ਨਿਕਲਣਾ ਚਾਹੁੰਦਾ ਹੈ। ਜਿਹੜੇ ਨਾਗਰਿਕ ਬਾਕੀ ਰਹਿ ਗਏ ਨੇ ਉਹਨਾਂ ਵਿੱਚੋਂ ਬਹੁਤੇ ਉਹ ਨਾਗਰਿਕ ਨੇ ਜਿਨ੍ਹਾਂ ਦੇ ਕੋਲੇ ਦੋਹਰੀ ਨਾਗਰਿਕਤਾ ਹੈ, ਯਾਨੀ ਕਿ ਅਫਗਾਨਿਸਤਾਨ ਦੀ ਵੀ ਹੈ ਅਤੇ ਅਮਰੀਕਾ ਦੀ ਵੀ ਹੈ। ਤੇ ਜੇ ਤਾਲਿਬਾਨ ਦੀ ਗੱਲ ਕਰ ਲਈਏ, ਅਫਗਾਨਿਸਤਾਨ ਦੇ ਉੱਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਦੇ ਮੂਹਰੇ ਇੱਕ ਹੀ ਇਲਾਕਾ ਹੈ ਜਿਹੜਾ ਤਾਲਿਬਾਨ ਦੀ ਅਧੀਨਗੀ ਕਬੂਲ ਨਹੀਂ ਕਰ ਰਿਹਾ, ਉਹ ਹੈ ਪੰਜਸ਼ੀਰ ਘਾਟੀ। ਤੇ ਇੱਥੇ ਕਹਿੰਦੇ ਤਾਲਿਬਾਨ ਅਤੇ ਪੰਜਸ਼ੀਰ ਲੜਾਕਿਆਂ ਦੇ ਵਿਚਕਾਰ ਲੜਾਈ ਹੈ ਜਿਹੜੀ ਉਹ ਛਿੜ ਗਈ ਹੈ ਅਤੇ ਭਿਆਨਕ ਬਣਦੀ ਜਾ ਰਹੀ ਹੈ। ਬੀਤੀ ਰਾਤ ਕਰੀਬ 11 ਵਜੇ ਪੰਜਸ਼ੀਰ ਦੇ ਮੁਹਾਨੇ ਤੇ ਗੋਲ ਬਹਾਰ ਇਲਾਕੇ ਦੇ ਵਿੱਚ ਲੜਾਈ ਹੋਈ। ਤਾਲਿਬਾਨੀ ਪੰਜਸ਼ੀਰ ਘਾਟੀ ਵਿੱਚ ਦਾਖਲ ਹੋਣ ਦੀ ਇੱਥੇ ਕੋਸ਼ਿਸ਼ ਕਰ ਰਹੇ ਸੀ। ਉੱਤਰੀ ਗੱਠਜੋੜ ਯਾਨੀ ਕਿ ਪੰਜਸ਼ੀਰ ਤੇ ਜਿਸਦਾ ਦਾਅਵਾ ਹੈ ਜਿਹੜੇ ਰਾਜ ਕਰਕੇ ਬੈਠੇ ਨੇ, ਉਹਨਾਂ ਨੇ ਦਾਅਵਾ ਕੀਤਾ ਕਿ 30 ਤੋਂ ਵੱਧ ਤਾਲਿਬਾਨੀ ਇਸ ਯੁੱਧ ਦੇ ਵਿੱਚ ਮਾਰੇ ਗਏ ਨੇ। ਜਾਣਕਾਰੀ ਇਹ ਵੀ ਮਿਲੀ ਹੈ ਕਿ ਤਾਲਿਬਾਨ ਨੇ ਗੋਲ ਬਹਾਰ ਨੂੰ ਪੰਜਸ਼ੀਰ ਨਾਲ ਜੋੜਨ ਵਾਲੇ ਰਾਹ ਨੂੰ ਉਡਾ ਦਿੱਤਾ ਹੈ। ਪੰਜਸ਼ੀਰ ਨੂੰ ਪਰਵਾਨ ਦੇ ਨਾਲ ਜੋੜਨ ਵਾਲੀ ਸੜਕ ਵੀ ਬੰਦ ਹੋ ਗਈ ਹੈ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪਰ ਤਾਲਿਬਾਨ ਦੇ ਨਾਲ ਜੁੜੇ ਸੋਸ਼ਲ ਮੀਡੀਆ ਅਕਾਊਂਟਸ ਤੇ ਲਿਖਿਆ ਜਾ ਰਿਹਾ ਹੈ ਕਿ ਪੰਜਸ਼ੀਰ ਦੇ ਵਿੱਚ ਲੜ ਰਹੇ ਮੁਜ਼ਾਹਿਦੀਨ ਦੇ ਲਈ ਦੁਆ ਕੀਤੀ ਜਾਵੇ, ਤੇ ਇਸ ਤਰ੍ਹਾਂ ਦੀ ਪੋਸਟ ਤੋਂ ਅਜਿਹਾ ਪ੍ਰਤੀਤ ਹੁੰਦਾ ਜਿਵੇਂ ਤਾਲਿਬਾਨ ਦੀ ਸਥਿਤੀ ਉੱਥੇ ਕਮਜ਼ੋਰ ਹੋ ਗਈ ਹੋਵੇ। ਪਰਵਾਨ ਸੂਬੇ ਦੇ ਜਬਾਲਸਰਾਜ ਜ਼ਿਲ੍ਹੇ, ਬਗਲਾਨ ਸੂਬੇ ਦੇ ਅੰਦਰਾਬ ਜ਼ਿਲ੍ਹੇ ਅਤੇ ਖਵਾਕ ਪੰਜਸ਼ੀਰ ਦੇ ਵਿੱਚ ਵੀ ਦੋਹਾਂ ਗੁੱਟਾਂ ਦੇ ਵਿਚਾਲੇ ਲੜਾਈ ਹੋਈ ਹੈ। ਇਹਨਾਂ ਸਾਰੇ ਹਾਲਾਤਾਂ ਦੇ ਦਰਮਿਆਨ ਤਾਲਿਬਾਨ ਨੇ ਆਪਣੀ ਅਗਲੀ ਰਣਨੀਤੀ ਦੱਸੀ ਹੈ। ਤਾਲਿਬਾਨ ਦੇ ਚੋਟੀ ਦੇ ਲੀਡਰ ਅਨਾਸ ਹੱਕਾਨੀ ਨੇ CNN News 18 ਦੇ ਨਾਲ ਗੱਲਬਾਤ ਕਰਦਿਆਂ ਅਫਗਾਨੀ ਹਿੰਦੂ ਅਤੇ ਸਿੱਖਾਂ ਦੀ ਹਿਫਾਜ਼ਤ ਦਾ ਭਰੋਸਾ ਦਵਾਇਆ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਭਾਰਤੀ ਵੀ ਅਫਗਾਨਿਸਤਾਨ ਦੇ ਵਿੱਚ ਫਸੇ ਹੋਏ ਨੇ ਅਤੇ ਬਹੁਤ ਸਾਰੇ ਅਫਗਾਨੀ ਸਿੱਖ ਅਤੇ ਹਿੰਦੂ ਵੀ ਇੱਥੇ ਨੇ। ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਉਹਨਾਂ ਦੀ ਸੁਰੱਖਿਆ ਦਾ ਭਰੋਸਾ ਦਵਾਉਂਦੇ ਹੋ ਕਿ ਸਾਰੇ ਸੁਰੱਖਿਅਤ ਹਨ, ਤਾਂ ਅਨਾਸ ਹੱਕਾਨੀ ਨੇ ਕਿਹਾ ਕਿ ਮੈਂ ਭਰੋਸਾ ਦਵਾਉਣਾ ਚਾਹੁੰਦਾ, ਅਫਗਾਨਿਸਤਾਨ ਦੇ ਵਿੱਚ ਇਸ ਵਕਤ ਹਰ ਕੋਈ ਸੁਰੱਖਿਅਤ ਹੈ, ਪਹਿਲਾਂ ਕੁਝ ਘਬਰਾਹਟ ਅਤੇ ਡਰ ਸੀ ਪਰ ਹੁਣ ਚੀਜ਼ਾਂ ਸ਼ਾਂਤ ਹੋ ਗਈਆਂ ਨੇ, ਲੋਕ ਖੁਸ਼ ਨੇ। ਅਫਗਾਨੀ ਸਿੱਖ ਅਤੇ ਹਿੰਦੂ ਅਫਗਾਨਿਸਤਾਨ ਦੇ ਕਿਸੇ ਹੋਰ ਭਾਈਚਾਰੇ ਦੀ ਤਰ੍ਹਾਂ ਹਨ, ਉਹ ਵੀ ਇੱਥੇ ਖੁਸ਼ੀ ਦੇ ਨਾਲ ਰਹਿਣਗੇ, ਸਾਡੇ ਨਾਲ ਰਹਿਣਗੇ। 2020 ਦੇ ਵਿੱਚ ਕਾਬੁਲ ਗੁਰਦੁਆਰੇ 'ਤੇ ਹੋਏ ਹਮਲੇ ਬਾਰੇ ਉਹਨਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਭ ਸਾਡੇ ਦੁਸ਼ਮਣਾਂ ਅਤੇ ਮੀਡੀਆ ਦੇ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ, ਇਹ ਸਭ ਸਰਾਸਰ ਗਲਤ ਹੈ, ਅਸੀਂ ਅਜਿਹਾ ਕਦੇ ਨਹੀਂ ਕੀਤਾ, ਅਸੀਂ ਗੁਰੂ ਘਰ 'ਤੇ ਕਦੇ ਹਮਲਾ ਨਹੀਂ ਕੀਤਾ।
ਹੱਕਾਨੀ ਨੇ ਕਿਹਾ ਕਿ ਅਸੀਂ ਸਭ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਤੁਸੀਂ ਸ਼ਾਂਤੀ ਤੇ ਖੁਸ਼ਹਾਲੀ ਦੇ ਨਾਲ ਰਹੋਗੇ। ਇੱਕ ਬੜਾ ਹੀ ਅਹਿਮ ਮੁੱਦਾ ਹੈ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਤੇ ਉਹਨਾਂ ਦੀ ਆਜ਼ਾਦੀ ਦਾ ਮੁੱਦਾ। ਤਾਂ ਔਰਤਾਂ ਬਾਰੇ ਬੋਲਦਿਆਂ ਹੱਕਾਨੀ ਨੇ ਕਿਹਾ ਕਿ ਅਸੀਂ ਮਰਦਾਂ ਤੇ ਔਰਤਾਂ ਦੇ ਲਈ ਸਾਰੀਆਂ ਨੀਤੀਆਂ ਦਾ ਐਲਾਨ ਕਰਾਂਗੇ ਤੇ ਸਭ ਕੁਝ ਪਾਰਦਰਸ਼ੀ ਹੋਏਗਾ, ਹਰ ਕਿਸੇ ਦੇ ਲਈ ਨੀਤੀ ਬਣੇਗੀ। ਹੱਕਾਨੀ ਨੇ ਪਾਕਿਸਤਾਨ ਅਤੇ ਭਾਰਤ ਨਾਲ ਸੰਬੰਧਾਂ ਅਤੇ ਕਸ਼ਮੀਰ ਮੁੱਦੇ ਤੇ ਵੀ ਗੱਲਬਾਤ ਕਰਦਿਆਂ ਟਿੱਪਣੀ ਕੀਤੀ। ਕਿਹਾ ਕਿ ਕਸ਼ਮੀਰ ਦੇ ਵਿੱਚ ਦਖਲ ਅੰਦਾਜ਼ੀ ਅਸੀਂ ਨਹੀਂ ਕਰਾਂਗੇ। ਹੱਕਾਨੀ ਨੇ ਕਿਹਾ ਕਿ ਕਸ਼ਮੀਰ ਸਾਡੇ ਅਧਿਕਾਰ ਖੇਤਰ ਦਾ ਹਿੱਸਾ ਨਹੀਂ ਹੈ ਤੇ ਦਖਲ ਅੰਦਾਜ਼ੀ ਸਾਡੀ ਨੀਤੀ ਦੇ ਵਿਰੁੱਧ ਹੋਵੇਗੀ। ਅਸੀਂ ਆਪਣੀ ਨੀਤੀ ਦੇ ਵਿਰੁੱਧ ਕਿਵੇਂ ਜਾ ਸਕਦੇ ਹਾਂ? ਸਪਸ਼ਟ ਹੈ, ਅਸੀਂ ਕਸ਼ਮੀਰ ਦੇ ਵਿੱਚ ਦਖਲ ਨਹੀਂ ਦੇਵਾਂਗੇ। ਹੱਕਾਨੀ ਨੇ ਅਫਗਾਨਿਸਤਾਨ ਦੇ ਵਿੱਚੋਂ ਅਮਰੀਕੀ ਫੌਜ ਦੇ ਚਲੇ ਜਾਣ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਇਹ ਸਾਡੀ ਵੱਡੀ ਖੁਸ਼ੀ ਦਾ ਦਿਨ ਸੀ, ਸਾਨੂੰ 20 ਸਾਲਾਂ ਬਾਅਦ ਜਿੱਤ ਮਿਲੀ ਤੇ ਰੱਬ ਦੀ ਇਸ ਬਰਕਤ ਦੇ ਲਈ ਅਸੀਂ 20 ਸਾਲ ਸੰਘਰਸ਼ ਕੀਤਾ ਤੇ ਸਾਡੀ ਆਜ਼ਾਦੀ ਦਾ ਦਿਨ ਸੀ। ਹੱਕਾਨੀ ਨੇ ਅਫਗਾਨਿਸਤਾਨ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਵੱਡੀ ਸਮੱਸਿਆ ਹੁਣ ਖਤਮ ਹੋ ਗਈ ਹੈ ਕਿਉਂਕਿ ਅਮਰੀਕਾ ਚਲਾ ਗਿਆ, ਇੰਤਜ਼ਾਰ ਖਤਮ ਹੋ ਗਿਆ ਤੇ ਬਹੁਤ ਜਲਦੀ ਸਾਡੇ ਕੋਲ ਸਰਕਾਰ ਬਣਾਉਣ ਬਾਰੇ ਖੁਸ਼ਖਬਰੀ ਹੋਏਗੀ। ਹਾਲਾਂਕਿ ਇਸ ਦਰਮਿਆਨ ਹੱਕਾਨੀ ਨੇ ਚੇਤਾਵਨੀ ਭਰੇ ਲਹਿਜ਼ੇ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਦੂਸਰਿਆਂ ਦੇ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੇ, ਅਸੀਂ ਉਮੀਦ ਕਰਦੇ ਹਾਂ ਦੂਸਰੇ ਵੀ ਸਾਡੇ ਵਿੱਚ ਦਖਲ ਨਾ ਦੇਣ। ਇਹ ਖਾਸ ਤੌਰ ਤੇ ਭਾਰਤ ਨੂੰ ਕਿਹਾ ਗਿਆ। ਕਹਿੰਦੇ ਅਸੀਂ ਚਾਹੁੰਦੇ ਹਾਂ ਸਾਰੇ ਮਾਮਲੇ ਸੁਖਾਵੇਂ ਢੰਗ ਦੇ ਨਾਲ ਸੁਲਝ ਜਾਣ, ਸਾਡੇ ਦਰਵਾਜ਼ੇ ਤਾਂ ਹਰ ਕਿਸੇ ਲਈ ਖੁੱਲ੍ਹੇ ਨੇ, ਅਸੀਂ ਬਾਕੀ ਦੁਨੀਆ ਦੇ ਨਾਲ ਚੰਗੇ ਤਾਲੁਕਾਤ ਰੱਖਣਾ ਚਾਹੁੰਦੇ ਹਾਂ। ਭਾਰਤ ਵਿੱਚ ਮੀਡੀਆ ਕਹਿੰਦੇ ਸਾਡੇ ਬਾਰੇ ਨਕਾਰਾਤਮਕ ਪ੍ਰਚਾਰ ਕਰ ਰਿਹਾ ਤੇ ਇਹਦੇ ਨਾਲ ਮਾਹੌਲ ਖਰਾਬ ਹੋ ਰਿਹਾ। ਹੱਕਾਨੀ ਨੇ ਭਾਰਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਨੇ 20 ਸਾਲਾਂ ਤੋਂ ਸਾਡੇ ਦੁਸ਼ਮਣ ਦੀ ਮਦਦ ਕੀਤੀ ਹੈ ਤੇ ਅਸੀਂ ਸਭ ਕੁਝ ਭੁੱਲ ਭੁਲਾ ਕੇ ਰਿਸ਼ਤੇ ਨੂੰ ਅੱਗੇ ਲਿਜਾਣ ਦੇ ਲਈ ਤਿਆਰ ਹਾਂ, ਸੋ ਭਾਰਤ ਨੂੰ ਵੀ ਤਿਆਰ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਦੇ ਲੋਕਾਂ ਦੇ ਲਈ ਹਰ ਤਰ੍ਹਾਂ ਦੀ ਮਦਦ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਨਾ ਸਿਰਫ ਭਾਰਤ ਬਲਕਿ ਬਾਕੀ ਦੁਨੀਆ ਵੀ ਇੱਥੇ ਆਵੇ ਤੇ ਸਾਡੀ ਸਹਾਇਤਾ ਕਰੇ। ਹੱਕਾਨੀ ਨੇ ਆਪਣੇ ਮਕਸਦ ਬਾਰੇ ਦੱਸਦਿਆਂ ਕਿਹਾ ਕਿ ਮੈਂ ਇੱਕ ਮੁਸਲਮਾਨ ਹਾਂ, ਸਾਡਾ ਉਦੇਸ਼ ਆਜ਼ਾਦੀ ਪ੍ਰਾਪਤ ਕਰਨਾ ਸੀ ਤੇ ਉਹ ਅਸੀਂ ਹਾਸਲ ਕਰ ਲਈ ਹੈ। ਅਫਗਾਨਿਸਤਾਨ ਤੇ ਕਾਬਜ਼ ਹੋਣ ਤੋਂ ਬਾਅਦ ਅਸੀਂ ਸਾਬਤ ਕਰ ਦਿੱਤਾ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ, ਅਸੀਂ ਦੁਨੀਆ ਦੇ ਹਰ ਕਿਸੇ ਮੁਲਕ ਦੇ ਨਾਲ ਚੰਗੇ ਰਿਸ਼ਤੇ ਚਾਹੁੰਦੇ ਹਾਂ ਤੇ ਬਾਕੀ ਦੁਨੀਆ ਸਾਡੇ ਮਾਮਲਿਆਂ ਦੇ ਵਿੱਚ ਦਖਲ ਨਾ ਦੇਵੇ, ਇਹ ਵੀ ਅਸੀਂ ਚਾਹੁੰਦੇ ਹਾਂ ਕਿਉਂਕਿ ਅਸੀਂ ਕਿਸੇ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦੇਵਾਂਗੇ। ਸੋ ਇੱਕ ਪਾਸੇ ਤਾਲਿਬਾਨੀ ਲੀਡਰ ਨੇ ਜਿਹੜੇ ਉਹ ਲੋਕਾਂ ਨੂੰ ਵਾਰ ਵਾਰ ਮੀਡੀਆ ਵਿੱਚ ਬਿਆਨ ਦੇ ਕੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਭ ਕੁਝ ਠੀਕ ਹੋਵੇਗਾ ਤੇ ਸਭ ਕੁਝ ਠੀਕ ਹੋ ਵੀ ਰਿਹਾ, ਪਰ ਇਸ ਦਰਮਿਆਨ ਤਾਜ਼ਾ ਮਿਸਾਲ ਮੰਗਲਵਾਰ ਦੀ ਇੱਕ ਸਾਹਮਣੇ ਆਈ ਹੈ ਜਦੋਂ ਤਾਲਿਬਾਨ ਲੜਾਕਿਆਂ ਦੀ ਜਿਹੜੀ ਬੇਦਰਦੀ ਦੀ ਮਿਸਾਲ ਦਿਖੀ ਹੈ। ਤਾਲਿਬਾਨ ਨੇ ਆਪਣੇ ਹੀ ਮੁਲਕ ਦੇ ਇੱਕ ਅਜਿਹੇ ਨਾਗਰਿਕ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜੋ ਅਮਰੀਕੀ ਪ੍ਰਸ਼ਾਸਨ ਅਤੇ ਅਮਰੀਕੀ ਫੌਜਾਂ ਦੀ ਮਦਦ ਕਰਦਾ ਸੀ। ਤਾਲਿਬਾਨ ਨੇ ਪਹਿਲਾਂ ਉਸ ਆਦਮੀ ਨੂੰ ਮੌਤ ਦੇ ਘਾਟ ਉਤਾਰਿਆ ਤੇ ਫਿਰ ਉਸਦੀ ਲਾਸ਼ ਨੂੰ ਹੈਲੀਕਾਪਟਰ ਦੇ ਨਾਲ ਲਟਕਾ ਕੇ ਕੰਧਾਰ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਘੁਮਾਇਆ ਤਾਂ ਜੋ ਅੱਗੇ ਤੋਂ ਕੋਈ ਤਾਲਿਬਾਨ ਦੇ ਵਿਰੁੱਧ ਸਿਰ ਚੁੱਕਣ ਦੀ ਜੁਰਅਤ ਨਾ ਕਰ ਸਕੇ। ਸੋ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਕੰਧਾਰ ਦੇ ਵਿੱਚ ਵਾਪਰੀ ਹੈ। ਕਾਬੁਲ ਦੇ ਵਿੱਚ ਆਮ ਤੌਰ ਤੇ ਆਪਾਂ ਹੁਣ ਤੱਕ ਜੋ ਵੀ ਹੋਇਆ ਦੇਖਿਆ ਹੈ ਤੇ ਹੈਲੀਕਾਪਟਰ ਰਾਹੀਂ ਮ੍ਰਿਤਕ ਦੇਹ ਨੂੰ ਘੁਮਾਉਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸੇ ਦਰਮਿਆਨ ਭਾਰਤ ਅਤੇ ਤਾਲਿਬਾਨ ਦੇ ਵਿਚਾਲੇ ਮੰਗਲਵਾਰ ਨੂੰ ਪਹਿਲੀ ਬੈਠਕ ਵੀ ਹੋਈ। ਇਹ ਬੈਠਕ ਕਤਰ ਦੇ ਦੋਹਾ ਦੇ ਵਿੱਚ ਭਾਰਤੀ ਸਫੀਰ ਦੀਪਕ ਮਿੱਤਲ ਅਤੇ ਤਾਲਿਬਾਨੀ ਲੀਡਰ ਸ਼ੇਰ ਮੁਹੰਮਦ ਅਬਾਸ ਸਟੈਨਕੇਜ਼ੀ ਦੇ ਵਿਚਾਲੇ ਹੋਈ ਭਾਰਤੀ ਅੰਬੈਸੀ ਦੇ ਵਿੱਚ ਮੁਲਾਕਾਤ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਮੁਤਾਬਿਕ ਦੋਹਾ ਦੀ ਭਾਰਤੀ ਅੰਬੈਸੀ ਵਿੱਚ ਤਾਲਿਬਾਨ ਦੇ ਕਹਿਣ ਤੇ ਹੋਈ ਇਸ ਮੀਟਿੰਗ ਦੇ ਵਿੱਚ ਸੁਰੱਖਿਆ ਰੱਖਿਆ ਅਤੇ ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਦੇ ਜਲਦ ਵਾਪਸ ਆਉਣ ਬਾਰੇ ਵਿਚਾਰ ਵਟਾਂਦਰਾ ਹੋਇਆ। ਅਫਗਾਨ ਖਾਸ ਕਰਕੇ ਘੱਟ ਗਿਣਤੀ ਜੋ ਭਾਰਤ ਆਉਣਾ ਚਾਹੁੰਦੇ ਨੇ ਉਹਨਾਂ ਦੀ ਯਾਤਰਾ ਬਾਰੇ ਵੀ ਗੱਲਬਾਤ ਹੋਈ ਹੈ। ਅੰਬੈਸਡਰ ਮਿੱਤਲ ਯਾਨੀ ਕਿ ਭਾਰਤੀ ਸਫੀਰ ਨੇ ਕਿਹਾ ਕਿ ਅਫਗਾਨਿਸਤਾਨ ਦੀ ਜ਼ਮੀਨ ਕਿਸੇ ਵੀ ਤਰ੍ਹਾਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦ ਲਈ ਨਹੀਂ ਵਰਤੀ ਜਾਣੀ ਚਾਹੀਦੀ। ਤਾਲਿਬਾਨ ਨੇ ਅੰਬੈਸਡਰ ਨੂੰ ਯਕੀਨ ਦਵਾਇਆ ਹੈ ਕਿ ਇਹਨਾਂ ਮਸਲਿਆਂ ਨੂੰ ਅਸੀਂ ਹਾਂ ਪੱਖੀ ਢੰਗ ਦੇ ਨਾਲ ਵਿਚਾਰਾਂਗੇ। ਤੇ ਅਫਗਾਨਿਸਤਾਨ ਦੇ ਗੁਆਂਢੀ ਮੁਲਕ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਪਾਕਿਸਤਾਨ ਖਾਸ ਕਰਕੇ ਪਾਕਿਸਤਾਨ ਤਾਲਿਬਾਨ ਸਮੂਹ ਦੇ ਲੜਾਕਿਆਂ ਦੇ ਬਾਰੇ ਚਿੰਤਤ ਹੈ ਜੋ ਅਫਗਾਨਿਸਤਾਨ ਨੂੰ ਪਾਰ ਕਰਕੇ ਆ ਰਹੇ ਨੇ ਤੇ ਇਲਾਕੇ ਦੇ ਵਿੱਚ ਮਾਰੂ ਹਮਲੇ ਕਰ ਰਹੇ ਨੇ। ਪਿਛਲੇ ਦੋ ਦਹਾਕਿਆਂ ਦੇ ਦੌਰਾਨ ਜਿਹਾਦੀ ਹਮਲਿਆਂ ਦੇ ਵਿੱਚ ਹਜ਼ਾਰਾਂ ਪਾਕਿਸਤਾਨੀ ਨਾਗਰਿਕ ਮਾਰੇ ਜਾ ਚੁੱਕੇ ਨੇ। ਕਾਬੁਲ ਹਵਾਈ ਅੱਡੇ ਤੇ ਹੋਏ ਹਮਲੇ ਤੋਂ ਬਾਅਦ ਚਿੰਤਾ ਪਾਕਿਸਤਾਨ ਦੀ ਹੋਰ ਵੱਧ ਗਈ ਹੈ।
ਪਾਕਿਸਤਾਨ ਸਰਕਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਫਗਾਨਿਸਤਾਨ ਤੋਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੀਆਂ ਫੌਜਾਂ ਦੀ ਵਾਪਸੀ ਦੌਰਾਨ ਨੇਟੋ ਅਤੇ ਉਸ ਨਾਲ ਜੁੜੇ 10,000 ਤੋਂ ਵੱਧ ਲੋਕ ਪਾਕਿਸਤਾਨ ਪਹੁੰਚੇ, ਜਿਨ੍ਹਾਂ ਵਿੱਚੋਂ 9,000 ਤੋਂ ਵੱਧ ਲੋਕ ਤਾਂ ਆਪਣੇ ਵਤਨਾਂ ਨੂੰ ਵਾਪਸ ਮੁੜ ਚੁੱਕੇ ਨੇ। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਇੱਕ ਪ੍ਰੈਸ ਬਰੀਫਿੰਗ ਦੇ ਵਿੱਚ ਇਹ ਜਾਣਕਾਰੀ ਦਿੱਤੀ, ਕਿਹਾ ਕਿ ਨੇਟੋ ਦੇ ਕੁੱਲ 10,302 ਲੋਕ ਇੱਥੇ ਆਏ ਨੇ, ਜਿਨ੍ਹਾਂ ਦੇ ਵਿੱਚੋਂ 9,032 ਵਾਪਸ ਪਰਤ ਗਏ ਨੇ। 1,229 ਲੋਕ ਹਾਲੇ ਵੀ ਪਾਕਿਸਤਾਨ ਦੇ ਵਿੱਚ ਮੌਜੂਦ ਨੇ। ਇਹਨਾਂ ਦੇ ਵਿੱਚੋਂ 545 ਲੋਕ ਅਫਗਾਨੀ ਨੇ ਤੇ 684 ਵੱਖ ਵੱਖ ਹੋਰ ਦੇਸ਼ਾਂ ਦੇ ਨਾਗਰਿਕ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ 20 ਸਾਲਾਂ ਦੇ ਯੁੱਧ ਨੂੰ ਖਤਮ ਕਰਨ ਲਈ ਅਫਗਾਨਿਸਤਾਨ ਦੇ ਵਿੱਚੋਂ ਫੌਜਾਂ ਵਾਪਸ ਬੁਲਾਉਣਾ ਅਮਰੀਕਾ ਲਈ ਸਭ ਤੋਂ ਵਧੀਆ ਤੇ ਸਹੀ ਫੈਸਲਾ ਸੀ। ਉਹਨਾਂ ਕਿਹਾ ਕਿ ਅਜਿਹੀ ਜੰਗ ਲੜਨ ਦਾ ਕੋਈ ਕਾਰਨ ਨਹੀਂ ਜੋ ਅਮਰੀਕੀ ਲੋਕਾਂ ਦੇ ਮਹੱਤਵਪੂਰਨ ਰਾਸ਼ਟਰੀ ਹਿੱਤ ਵਿੱਚ ਨਾ ਹੋਏ। ਵਾਈਟ ਹਾਊਸ ਤੋਂ ਕੌਮ ਨੂੰ ਦਿੱਤੇ ਭਾਸ਼ਣ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੇਰਾ ਪੂਰੇ ਦਿਲ ਨਾਲ ਮੰਨਣਾ ਹੈ ਕਿ ਅਮਰੀਕਾ ਲਈ ਸਹੀ ਸਮਝਦਾਰੀ ਵਾਲਾ ਤੇ ਸਭ ਤੋਂ ਵਧੀਆ ਫੈਸਲਾ ਹੈ। ਅਮਰੀਕਾ ਦੇ ਆਖਰੀ ਜਹਾਜ਼ ਦੇ ਅਫਗਾਨਿਸਤਾਨ ਚੋਂ ਰਵਾਨਾ ਹੋਣ ਤੋਂ ਬਾਅਦ ਜੋ ਬਾਈਡਨ ਨੇ ਆਪਣੇ ਫੈਸਲੇ ਅਤੇ ਭਵਿੱਖ ਦੀਆਂ ਨੀਤੀਆਂ ਦੇ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਬਾਈਡਨ ਨੇ ਅਫਗਾਨਿਸਤਾਨ ਛੱਡਣ ਦੀ ਇੱਛਾ ਰੱਖਣ ਵਾਲੇ ਲਗਭਗ 1.25 ਮਿਲੀਅਨ ਲੋਕਾਂ ਨੂੰ ਏਅਰਲਿਫਟ ਕਰਨ ਲਈ ਅਮਰੀਕੀ ਫੌਜ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਮਰੀਕਾ ਨੇ ਇਤਿਹਾਸ ਦੀ ਸਭ ਤੋਂ ਵੱਡੀ ਏਅਰਲਿਫਟ ਪੂਰੀ ਕਰ ਲਈ ਹੈ। ਉਹਨਾਂ ਕਿਹਾ ਕਿ ਅਮਰੀਕਾ ਦੇ ਕੋਲ ਅਜਿਹਾ ਕਰਨ ਦੀ ਇੱਛਾ ਅਤੇ ਸਮਰੱਥਾ ਸੀ।